ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਤੋਂ ਕਰੀਬ 8 ਕੁ ਕਿਲੋਮੀਟਰ ਦੀ ਦੂਰੀ ਤੇ ਵਸੇ ਕਸਬਾ ਬੂਤਾਲਾ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ। ਇਸ ਦੇ ਨਾਲ ਇਸ ਨਗਰ ਦੀ ਇਤਿਹਾਸਕ ਮਹਾਨਤਾ ਹੋਰ ਵੀ ਵੱਧ ਜਾਂਦੀ ਹੈ। ਉੱਥੇ ਹੀ ਕਸਬਾ ਬੂਤਾਲਾ ਵਿਖੇ ਹਰ ਸਾਲ 15-16 ਫੱਗਣ ਨੂੰ ਸਲਾਨਾ ਜੋੜ ਮੇਲਾ ਨਗਰ ਦੀਆਂ ਸੰਗਤਾਂ ਵੱਲੋਂ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ। ਆਓ ਇਸ ਇਤਿਹਾਸਕ ਸਥਾਨ ਦੇ ਇਤਿਹਾਸ ਬਾਰੇ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਵਾਹਿਗੁਰੂ ਸਤਨਾਮ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜੀ। ਹੁਣੇ ਆਪਾਂ ਦਰਸ਼ਨ ਦਿਦਾਰੇ ਕਰ ਰਹੇ ਸੀ ਗੁਰਦੁਆਰਾ ਬਾਬਾ ਪੱਲਾ ਜੀ ਕਸਬਾ ਬਤਾਲਾ ਦੀ। ਸੋ ਇਸ ਸਮੇਂ ਸਾਡੇ ਦਰਮਿਆਨ ਮੌਜੂਦ ਨੇ ਸਥਾਨਕ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਬਲਜੀਤ ਸਿੰਘ। ਆਓ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਉਹਨਾਂ ਕੋਲੋਂ ਜਾਣਕਾਰੀ ਹਾਸਲ ਕਰਦੇ ਹਾਂ। ਸੋ ਭਾਈ ਬਲਜੀਤ ਸਿੰਘ ਜੀ, ਤੁਸੀਂ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰੋ ਜੀ। ਦੇਸ਼ ਵਿਦੇਸ਼ ਵਿੱਚ ਬੈਠੀਆਂ ਹੋਈਆਂ ਸਰਬੱਤ ਸੰਗਤਾਂ ਫਤਿਹ ਪ੍ਰਵਾਨ ਕਰੋ ਜੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਗੁਰਦਾਸ ਸਾਹਿਬ ਜੀ ਦਾ ਪਾਵਨ ਬਚਨ ਹੈ, ਮਿਹਰ ਮੁਹੱਬਤ ਆਸ਼ਕੀ ਇਸ਼ਕ ਮੁਸ਼ਕ ਕਿਉਂ ਲੁਕੈ ਲੁਕਾਇਆ। ਗੁਰੂ ਦੀ ਮਿਹਰ ਅਤੇ ਗੁਰੂ ਕੇ ਸਿੱਖ ਦੀ ਪ੍ਰੀਤ ਹੈ, ਉਹਨੂੰ ਕਦੀ ਵੀ ਲੁਕਾਇਆ ਨਹੀਂ ਜਾ ਸਕਦਾ। ਜਿਵੇਂ ਨਾਲ ਹੀ ਉਹਨਾਂ ਨੇ ਉਦਾਹਰਣ ਦਿੱਤੀ ਹੈ ਵੀ ਖਾਂਸੀ ਅਤੇ ਖੁਰਕ ਨੂੰ ਬੰਦਾ ਨਹੀਂ ਲੁਕਾ ਸਕਦਾ, ਉਹ ਬਦੋ ਬਦੀ ਅੰਦਰੋਂ ਫੁੱਟਦੀਆਂ ਨੇ। ਇਹ ਜਿਹੜਾ ਪਾਵਨ ਸਥਾਨ ਜਾਂ ਨਗਰ ਹੈ, ਇਤਿਹਾਸਕ ਨਗਰ ਬਤਾਲਾ, ਇਸ ਦਾ ਇਹ ਇਤਿਹਾਸ ਹੈ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਇਸ ਨਗਰ ਵਿੱਚ ਆਏ। ਕਿਉਂ ਆਏ? ਬਾਬਾ ਪੱਲਾ ਜੀ ਅਤੇ ਉਹਨਾਂ ਦੇ ਸਤਿਕਾਰਯੋਗ ਮਾਤਾ ਬੀਬੀ ਸੰਤੀ ਜੀ, ਜੋ ਇੱਕ ਸਿੱਖ ਪਰਿਵਾਰ ਦੇ ਨਾਲ ਰਿਲੇਟਡ ਸੰਬੰਧਿਤ ਸਨ, ਭਾਵੇਂ ਕਿ ਇਸ ਨਗਰ ਦੇ ਵਿੱਚ ਉਹ ਵਿਆਹੇ ਗਏ ਬਤਾਲੇ, ਉਹਨਾਂ ਦਾ ਜਿਹੜਾ ਸਹੁਰਾ ਪਰਿਵਾਰ ਸੀ ਉਹ ਗੁਰੂ ਘਰ ਦਾ ਪੁਜਾਰੀ ਨਹੀਂ ਸੀ, ਉਹ ਬੁੱਤਾਂ ਨੂੰ ਪੂਜਦਾ ਸੀ, ਸਰਵਰੀ ਨੂੰ ਮੰਨਦੇ ਸਨ। ਪਰ ਬੀਬੀ ਸੰਤੀ ਜੀ ਇਸ ਨਗਰ ਵਿੱਚ ਆ ਕੇ ਸਹੁਰੇ ਪਰਿਵਾਰ ਵਿੱਚ ਵੀ ਆਪਣੇ ਗੁਰੂ ਪਾਤਸ਼ਾਹ ਦੇ ਨਾਲ ਹੀ ਜੁੜੇ ਰਹੇ, ਨਾਮ ਜਪਦੇ ਰਹੇ, ਬਾਣੀ ਪੜ੍ਹਦੇ ਰਹੇ, ਭਾਵੇਂ ਕਿ ਸਹੁਰੇ ਪਰਿਵਾਰ ਨੇ ਬੜਾ ਰੋਕਿਆ ਵੀ, ਪਰ ਬੀਬੀ ਸੰਤੀ ਜੀ ਜੋ ਉਹਨਾਂ ਦੀ ਪ੍ਰੀਤ ਸੀ ਗੁਰੂ ਦੇ ਨਾਲ, ਉਹਨਾਂ ਨੇ ਉਸ ਪ੍ਰੀਤ ਨੂੰ ਜਿਹੜਾ ਨਿਰੰਤਰ ਜਾਰੀ ਰੱਖਿਆ। ਇਸ ਗੱਲ ਤੋਂ ਗੁੱਸੇ ਹੋ ਕੇ ਸਹੁਰੇ ਪਰਿਵਾਰ ਨੇ ਉਹਨਾਂ ਨੂੰ ਵੱਖਰਾ ਕਰ ਦਿੱਤਾ। ਬੀਬੀ ਸੰਤੀ ਉਹਨਾਂ ਦੇ ਪਰਿਵਾਰ 'ਤੇ ਗੁਰਮੁਖ ਪਿਆਰਿਓ ਜਿਹੜੀਆਂ ਮੁਸੀਬਤਾਂ ਦਾ ਪਹਾੜ ਟੁੱਟਿਆ। ਅਜੇ ਥੋੜ੍ਹਾ ਹੀ ਸਮਾਂ ਹੋਇਆ ਸੀ ਵੱਖ ਹੋਇਆਂ ਨੂੰ ਕਿ ਉਹਨਾਂ ਦੇ ਪਤੀ ਪਰਮੇਸ਼ਰ ਚੜ੍ਹਾਈ ਕਰ ਗਏ, ਅਤੇ ਬਾਬਾ ਪੱਲਾ ਜੀ ਛੋਟੀ ਉਮਰ ਦੇ ਸਨ, ਪਰ ਮਾਤਾ ਸੰਤੀ ਨੇ ਜਿੱਥੇ ਕਿਰਤ ਕੀਤੀ, ਨਾਮ ਜਪਿਆ, ਵੰਡ ਕੇ ਛਕਿਆ, ਉਸ ਦੇ ਨਾਲ ਆਪਣੇ ਛੋਟੇ ਬੱਚੇ ਨੂੰ ਪਾਲਿਆ। ਜਵਾਨ ਹੋਏ ਬਾਬਾ ਪੱਲਾ ਜੀ ਅਤੇ ਉਹਨੇ ਮਾਤਾ ਜੀ ਦੇ ਨਾਲ ਹੱਥ ਵਟਾਇਆ, ਆਪ ਵੀ ਖੇਤੀਬਾੜੀ ਕਰਨ ਲੱਗ ਪਏ। ਇੱਕ ਦਿਨ ਪਿੰਡ ਵਾਲੇ ਕਹਿੰਦੇ, ਪੱਲਿਆ ਆ ਜਾਣਾ ਸਾਡੇ ਨਾਲ ਮੱਥਾ ਟੇਕਣ ਸਰਵਰੀਆਂ ਦੇ। ਉਹਨਾਂ ਨੇ ਆਪਣੀ ਮਾਤਾ ਜੀ ਨੂੰ ਪੁੱਛਿਆ ਵੀ ਪਿੰਡ ਵਾਲੇ ਕਹਿੰਦੇ ਜਾਣਾ ਹੈ, ਅਤੇ ਬੀਬੀ ਸੰਤੀ ਜੀ ਕਹਿਣ ਲੱਗੇ ਵੀ ਨਹੀਂ ਪੁੱਤਰ, ਅਸੀਂ ਇੱਧਰ ਨਹੀਂ ਜਾਣਾ, ਸਾਡਾ ਮਾਰਗ ਹੋ ਰਿਹਾ, ਕਿਉਂਕਿ ਸਾਡਾ ਗੁਰੂ ਹੀ ਹੋ ਰਿਹਾ, ਸਾਡੇ ਗੁਰੂ ਦੀ ਵਿਚਾਰ ਹੋ ਰਿਹਾ। ਬਾਬਾ ਪੱਲਾ ਜੀ ਨੇ ਆਪਣੀ ਮਾਤਾ ਜੀ ਦਾ ਇਹ ਬਚਨ ਮੰਨਿਆ, ਉਹ ਸਰਵਰੀਆਂ ਦੇ ਨਹੀਂ ਗਏ, ਸਗੋਂ ਆਖਿਆ ਮਾਤਾ ਜੀ ਆਪਾਂ ਵੀ ਆਪਣੇ ਗੁਰੂ ਨੂੰ ਮਿਲ ਸਕਦੇ ਹਾਂ, ਅਤੇ ਮਾਤਾ ਜੀ ਨੇ ਆਖਿਆ ਵੀ ਸਾਨੂੰ ਕਿਤੇ ਜਾਣ ਦੀ ਲੋੜ ਨਹੀਂ ਹੈ, ਜੇ ਤੁਸੀਂ ਮਨ ਕਰਕੇ ਜਾਂ ਕੋਈ ਵੀ ਮਨ ਕਰਕੇ ਗੁਰੂ ਨੂੰ ਯਾਦ ਕਰੇ ਅਤੇ ਗੁਰੂ ਪਾਤਸ਼ਾਹ ਜੀ ਆਪ ਪਹੁੰਚ ਜਾਂਦੇ ਨੇ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਸੋ ਮਾਤਾ ਜੀ ਦੇ ਕੋਲੋਂ ਕੁਝ ਵਸਤੂਆਂ ਭੇਟਾ ਵਾਸਤੇ ਕਿ ਸਤਿਗੁਰੂ ਜੀ ਆ ਜਾਣ ਅਤੇ ਮੈਂ ਉਹਨਾਂ ਨੂੰ ਅੱਗੇ ਰੱਖਾਂਗਾ, ਉਹ ਲੈ ਕੇ ਅਤੇ ਕਿਰਤ ਕਰਦੇ ਰਹੇ। ਉਹ ਸਮਾਂ ਬਣਿਆ ਜਦੋਂ ਸਤਿਗੁਰਾਂ ਨੇ ਅਰਦਾਸ ਬੇਨਤੀ ਪ੍ਰਵਾਨ ਕੀਤੀ ਬਾਬਾ ਪੱਲਾ ਜੀ ਦੀ, ਅਤੇ ਆ ਕੇ ਖੂਹ ਤੋਂ ਆਵਾਜ਼ ਮਾਰੀ ਕਿ ਪੱਲਿਆ ਅਸੀਂ ਆ ਗਏ ਹਾਂ, ਦੱਸ ਤੇਰੇ ਮਨ ਦੀ ਕੀ ਭਾਵਨਾ ਹੈ। ਸਤਿਗੁਰਾਂ ਦੇ ਦਰਸ਼ਨ ਦਾਰ ਕਰਕੇ ਅਤੇ ਬਾਬਾ ਪੱਲਾ ਜੀ ਤਨ ਮਨ ਹੋਏ ਨਿਹਾਲ, ਜਾਂ ਗੁਰਦੇਖਾਂ ਸਾਹਮਣੇ ਵਾਲੀ ਅਵਸਥਾ ਬਣੀ। ਸਤਿਗੁਰਾਂ ਨੇ ਜਿੱਥੇ ਦਰਸ਼ਨ ਦਾਰ ਦਿੱਤੇ ਅਤੇ ਬਾਬਾ ਪੱਲਾ ਜੀ ਨੇ ਜੀਵ ਆਇਆ ਆਖਿਆ, ਸਤਿਗੁਰ ਪਾਤਸ਼ਾਹ ਜੀ ਕਹਿਣ ਲੱਗੇ ਪੱਲੇ ਅਸੀਂ ਲੰਗਰ ਛਕਣਾ ਹੈ, ਅਸੀਂ ਤੇਰੇ ਘਰ ਪਹੁੰਚਣਾ ਹੈ। ਸੋ ਬਾਬਾ ਪੱਲਾ ਜੀ ਬੜੇ ਖੁਸ਼ ਹੋਏ, ਆਪਣੇ ਘਰ ਲੈ ਕੇ ਆਏ, ਮਾਤਾ ਜੀ ਨੇ ਦਰਸ਼ਨ ਦਾਰ ਕੀਤੇ, ਸਤਿਗੁਰਾਂ ਵਾਸਤੇ ਲੰਗਰ ਤਿਆਰ ਕੀਤਾ। ਪਰ ਸਤਿਗੁਰਾਂ ਨੇ ਹੁਕਮ ਕੀਤਾ ਵੀ ਪਹਿਲਾਂ ਪਿੰਡ ਵਾਲਿਆਂ ਨੂੰ ਛਕਾਓ, ਬਾਅਦ ਵਿੱਚ ਅਸੀਂ ਛਕਾਂਗੇ। ਅਤੇ ਸਤਿਗੁਰਾਂ ਦੇ ਹੁਕਮ ਦੇ ਮੁਤਾਬਕ ਪਹਿਲਾਂ ਪਿੰਡ ਵਾਲੇ ਨਗਰ ਨੂੰ ਛਕਾਇਆ ਗਿਆ, ਭਾਵੇਂ ਕਿ ਉਹਨਾਂ ਦੇ ਮਨ ਵਿੱਚ ਗੁਰੂ ਘਰ ਦੇ ਜਾਂ ਗੁਰੂ ਕੇ ਸਿੱਖ ਦੇ ਪ੍ਰਤੀ ਈਰਖਾ ਸੀ, ਪਰ ਗੁਰੂ ਕੇ ਸਿੱਖ ਦਾ ਜੋ ਮਾਨਵ ਤੌਰ 'ਤੇ ਜੋ ਜਿਵੇਂ ਹੁਕਮ ਹੈ, ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਵਾਲੀ, ਉਹ ਅਵਸਥਾ ਬਣਾ ਕੇ ਸਾਰੀਆਂ ਸੰਗਤਾਂ ਨੂੰ ਨਗਰ ਨੂੰ ਲੰਗਰ ਛਕਾਇਆ, ਉਪਰੰਤ ਸਤਿਗੁਰਾਂ ਨੂੰ ਅਤੇ ਆਪ ਛਕਿਆ। ਅਤੇ ਸਤਿਗੁਰਾਂ ਨੇ ਤੁਰਠ ਕੇ ਇਸ ਸਿੱਖ ਦੀ ਪ੍ਰੀਤ ਤੋਂ ਜਿੱਥੇ ਗੁਰਮੁਖ ਪਿਆਰਿਓ ਉਹਨਾਂ ਨੂੰ ਬਖਸ਼ਿਸ਼ਾਂ ਕੀਤੀਆਂ, ਇੱਕ ਤੋਂ ਸਹੰਸਰ ਭਾਵ ਇੱਕ ਤੋਂ ਹਜ਼ਾਰ,
ਅਤੇ ਲੰਗਰ ਭੰਡਾਰੇ ਭਰੇ ਰਹਿਣਗੇ। ਮਾਤਾ ਜੀ ਨੇ ਆਖਿਆ ਸਾਡੇ ਪੁੱਤਰ ਦਾ ਰਿਸ਼ਤਾ ਨਹੀਂ, ਕੋਈ ਸਾਡੇ ਨਾਲ ਨਾਤਾ ਬੇਟੀ ਨਹੀਂ ਰੱਖਦਾ, ਭਾਵੇਂ ਕਿ ਅੱਜ ਇਹ ਪਿੰਡ ਵਾਲੇ ਜ਼ਰੂਰ ਆਏ ਤੁਹਾਡੇ ਕਰਕੇ ਅਤੇ ਬੇਨਤੀਆਂ ਵੀ ਕਰ ਰਹੇ ਵੀ ਸਾਨੂੰ ਸਿੱਖੀ ਦਾ ਦਾਨ ਦਿਓ, ਤੁਹਾਡੇ ਨਾਲ ਜੁੜੇ ਨੇ, ਤੁਹਾਡੀ ਮਰਹਿਮਤ ਕਿਰਪਾ ਹੋਈ ਹੈ, ਪਰ ਅਸੀਂ ਚਾਹੁੰਦੇ ਵੀ ਸਾਡੇ ਪੁੱਤਰ ਦਾ ਨਾਤਾ ਵੀ ਹੋ ਜਾਵੇ। ਸਤਿਗੁਰਾਂ ਦੇ ਨਾਲ ਜਿਹੜੇ ਸਿੰਘ ਆਏ ਨੇ, ਸਤਿਗੁਰੂ ਪਾਤਸ਼ਾਹ ਨੇ ਹੁਕਮ ਕੀਤਾ ਵੀ ਇਹ ਪੱਲਾ ਜੀ ਸਾਡੇ ਬੇਟੇ ਨੇ, ਇਹਨਾਂ ਨੂੰ ਆਪਣੀ ਧੀ ਦਾ ਜਿਹੜਾ ਰਿਸ਼ਤਾ ਦਿਓ। ਸਤਿਗੁਰਾਂ ਦਾ ਹੁਕਮ ਮੰਨ ਕੇ ਇਹ ਮੰਨਿਆ ਜਾਂਦਾ, ਬਜ਼ੁਰਗ ਜਿਵੇਂ ਦੱਸਦੇ ਵੀ ਇੱਥੇ ਹੀ ਬਾਬਾ ਪੱਲਾ ਜੀ ਨੂੰ ਉਹ ਸ਼ਗਨ ਵੀ ਲੱਗਾ, ਸਤਿਗੁਰਾਂ ਨੇ ਵਿਆਹ ਵੀ ਕੀਤਾ। ਧਰ ਜੀ ਅਰੇ ਇੱਕ ਟੇਕ ਤੋਂ ਲਾਹੇ ਵਡਾਨੀ ਆਸ, ਨਾਨਕ ਨਾਮ ਧਿਆਈਏ ਕਾਰਜ ਰਾ ਆਵੇ ਰਾਹ। ਜਿਹੜਾ ਗੁਰੂ 'ਤੇ ਆਸ ਰੱਖਦਾ, ਸਤਿਗੁਰੂ ਜੀ ਸਾਰੇ ਕਾਰਜ ਰਾਸ ਕਰਦੇ ਨੇ, ਬਖਸ਼ਿਸ਼ਾਂ ਕਰਦੇ ਨੇ ਸਾਨੂੰ, ਇਹ ਇਸ ਨਗਰ ਤੋਂ ਜਾਂ ਇਸ ਪਾਵਨ ਤੋਂ ਜਿਹੜਾ ਉਹ ਸੰਦੇਸ਼ ਮਿਲਦਾ ਕਿ ਅਸੀਂ ਜੇ ਸਿੱਖ ਹਾਂ ਅਤੇ ਸਿੱਖ ਦਾ ਫਰਜ਼ ਬਣਦਾ ਵੀ ਇੱਧਰ ਉੱਧਰ ਉਹ ਛੱਡ ਕੇ ਖੱਬਾ ਸੱਜਾ ਪਾਸਾ ਉਹ ਆਪਣੇ ਗੁਰੂ ਦਾ ਲੜ ਪਕੜੇ, ਅਤੇ ਜੇ ਗੁਰੂ ਦਾ ਲੜ ਪਕੜੇਗਾ, ਗੁਰੂ 'ਤੇ ਭਰੋਸਾ ਰੱਖੇਗਾ, ਗੁਰੂ ਪਾਤਸ਼ਾਹ ਜਿੱਥੇ ਆਪ ਆਉਣਗੇ ਉੱਥੇ ਉਹ ਬਖਸ਼ਿਸ਼ਾਂ ਕਰਨਗੇ, ਕੋਈ ਘਾਟ ਨਹੀਂ ਰਹੇਗੀ। ਹਰੇਕ ਸਾਲ 15 ਅਤੇ 16 ਫੱਗਣ ਨੂੰ ਇੱਥੇ ਪਾਵਨ ਅਸਥਾਨਾਂ 'ਤੇ ਬਹੁਤ ਭਾਰੀ ਜੋੜ ਮੇਲਾ ਜਿਹੜਾ ਹੁੰਦਾ ਹੈ, ਸਿੱਖ ਸੰਗਤਾਂ ਦੂਰੋਂ ਦਰੇਡੋਂ ਪਹੁੰਚਦੀਆਂ ਅਤੇ ਇੱਥੇ ਭਾਵਨਾ ਜਿਹੜੀਆਂ ਪੂਰੀਆਂ ਹੁੰਦੀਆਂ, ਸਤਿਗੁਰਾਂ ਦੇ ਦਰਸ਼ਨ ਦਿੱਤੇ ਚਰਨ ਪਾਏ ਨੇ, ਅੱਜ ਵੀ ਉਹ ਜਿਹੜੀ ਬਖਸ਼ਿਸ਼ ਹੈ ਵਰਤਦੀ ਹੈ। ਮੰਨਿਆ ਜਾਂਦਾ ਹੈ ਕਿ 1665 ਬਿਕਰਮੀ ਸੰਮਤ ਵਿੱਚ ਸਤਿਗੁਰੂ ਪਾਤਸ਼ਾਹ ਜੀ ਇੱਥੇ 15 ਫੱਗਣ ਨੂੰ ਪਹੁੰਚੇ ਸਨ। ਗੁਰੂ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ, ਇਹ ਜਿਹੜੀਆਂ ਬਖਸ਼ਿਸ਼ ਹੈ ਉਹਨਾਂ ਨੂੰ ਆਪਾਂ ਅੱਜ ਵੀ ਜਿਹੜੀਆਂ ਵਰਤਦੀਆਂ ਉਹਨਾਂ ਨੂੰ ਲੈ ਕੇ ਆਪਣੇ ਜੀਵਨ ਨੂੰ ਸੁਹੇਲਾ ਬਣਾਈਆਂ। ਅੰਮ੍ਰਿਤ ਛਕੋ, ਨਾਮ ਜਪੋ ਅਤੇ ਵੰਡ ਕੇ ਛਕੋ, ਜੋ ਸਤਿਗੁਰਾਂ ਦਾ ਸਿਧਾਂਤ ਹੈ, ਆਪਣੇ ਜੀਵਨ ਨੂੰ ਸੁਹੇਲਾ ਅਤੇ ਵਧੀਆ ਬਣਾ ਸਕੀਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨ ਦੀਆਂ, ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਭਾਈ ਬਲਜੀਤ ਸਿੰਘ ਜੀ, ਜੋ ਮੁੱਖ ਸੇਵਾਦਾਰ ਨੇ ਇੱਥੋਂ ਦੇ। ਇਹਨਾਂ ਨੇ ਇਸ ਇਤਿਹਾਸਕ ਸਥਾਨ ਬਾਰੇ ਆਪਾਂ ਨੂੰ ਇਤਿਹਾਸ ਜਾਣੂ ਕਰਵਾਇਆ ਹੈ। ਸੋ ਸਾਡੇ ਦਰਮਿਆਨ ਇਸ ਵੇਲੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਭਾਈ ਜਤਿੰਦਰਵੀਰ ਸਿੰਘ ਵੀ ਹਾਜ਼ਰ ਨੇ। ਅਸੀਂ ਉਹਨਾਂ ਨੂੰ ਪੁੱਛਾਂਗੇ ਕਿ ਇਹਨਾਂ ਦਾ ਜਿਹੜਾ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਹੈ ਉਹ ਕਿੱਦਾਂ ਦਾ ਚੱਲ ਰਿਹਾ ਹੈ, ਔਰ ਕੀ ਇੱਥੇ ਜਿਹੜੇ ਹੈ ਸਮਾਗਮ ਕਰਵਾਏ ਜਾਂਦੇ ਹਨ। ਸੋ ਭਾਈ ਜਤਿੰਦਰਵੀਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਅਜੀਤ ਵੈਬ ਨੂੰ ਇਸ ਉਪਰਾਲੇ ਵਾਸਤੇ ਧੰਨਵਾਦ ਕਰਦੇ ਹੋਏ ਇੱਥੇ ਆਉਣ 'ਤੇ ਜੀ ਆਇਆਂ ਆਖਦੇ ਹਾਂ ਜੀ। ਗੁਰਦੁਆਰਾ ਸਾਹਿਬ ਬਾਬਾ ਪੱਲਾ ਜੀ, ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ, ਉਹਨਾਂ ਦੀ ਚਰਨ ਛੋਹ ਪ੍ਰਾਪਤ ਅਸਥਾਨ ਹੈ। ਇੱਥੇ ਹਰੇਕ ਸਾਲ 15-16 ਫੱਗਣ ਨੂੰ ਬਾਬਾ ਪੱਲਾ ਜੀ ਦਾ ਦਿਹਾੜਾ ਮਨਾਇਆ ਜਾਂਦਾ, ਜੋ ਕਿ 15 ਦਿਨ ਦੇ ਕਰੀਬ ਮਨਾਇਆ ਜਾਂਦਾ ਹੈ। ਅਖੰਡ ਪਾਠ ਸਾਹਿਬ ਦੀਆਂ ਲੜੀਆਂ ਚੱਲਦੀਆਂ ਹਨ, ਲਗਭਗ 50 ਤੋਂ ਲੈ ਕੇ 60-70 ਅਖੰਡ ਪਾਠ ਸਾਹਿਬ ਇੱਥੇ ਹੁੰਦੇ ਹਨ, ਔਰ ਸੰਗਤਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ, ਔਰ ਹਰੇਕ ਸੰਗਰਾਂਦ ਦਾ ਦਿਹਾੜਾ ਇੱਥੇ ਮਨਾਇਆ ਜਾਂਦਾ ਹੈ। ਢਾਡੀ ਕੀਰਤਨੀਏ ਅਤੇ ਹੋਰ ਵੀ ਇਸੇ ਤਰ੍ਹਾਂ ਸੰਗਤਾਂ ਨੂੰ ਨਿਹਾਲ ਕਰਨ ਵਾਲੇ ਕਥਾਵਾਚਕ ਆਉਂਦੇ ਹਨ, ਔਰ ਵਧੀਆ ਹੀ ਉਪਰਾਲੇ ਕਰਕੇ ਸੋਹਣੇ ਲੰਗਰ ਚਲਾ ਕੇ ਇੱਥੋਂ ਦਾ ਦਿਹਾੜਾ ਜੋ ਹੈ ਮਨਾਇਆ ਜਾਂਦਾ ਹੈ। ਬਹੁਤ ਬਹੁਤ ਧੰਨਵਾਦ ਜੀ ਮੈਂ ਸਾਹਿਬ। ਸੋ ਅਖੀਰ ਵਿੱਚ ਅਸੀਂ ਆਪਣੀ ਸਾਧ ਸੰਗਤ ਪਾਸੋਂ ਇਜਾਜ਼ਤ ਚਾਹਾਂਗੇ। ਅਸੀਂ ਭਵਿੱਖ ਵਿੱਚ ਅਜਿਹੇ ਹੋਰ ਧਾਰਮਿਕ ਅਸਥਾਨ ਜੋ ਸਾਡੇ ਇਸ ਏਰੀਏ ਵਿੱਚ ਪੈਂਦੇ ਨੇ ਉਹਨਾਂ ਦੇ ਦਰਸ਼ਨ ਦਾਰੇ ਤੁਹਾਨੂੰ ਕਰਾਵਾਂਗੇ। ਅਖੀਰ ਵਿੱਚ ਇਜਾਜ਼ਤ ਚਾਹੁੰਦੇ ਹਾਂ। ਮੈਂ ਸ਼ਲਿੰਦਰਜੀਤ ਸਿੰਘ ਰਾਜਨ, ਪ੍ਰਤੀਨਿਧ ਬਾਬਾ ਬਕਾਲਾ ਸਾਹਿਬ, ਔਰ ਮੇਰੇ ਨਾਲ ਕੈਮਰਾਮੈਨ ਅਮਰਪ੍ਰੀਤ ਸਿੰਘ, ਸਮੂਹ ਸਾਧਕ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।